ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਗੋਭੀ ਦੇ ਪਰੌਂਠੇ। ਗੋਭੀ ਦੇ ਪਰੌਂਠੇ ਤੇ ਤੁਸੀਂ ਬਹੁਤ ਸਾਰੀ ਬਣਾ ਕੇ ਖਾਧੇ ਹੋਣਗੇ ਤਰ੍ਹਾਂ ਤਰ੍ਹਾਂ ਦੇ, ਪਰ ਜਿਹੜੇ ਆਪਾਂ ਅੱਜ ਪਰੌਂਠੇ ਬਣਾਉਣੇ ਨੇ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਬਣਾਵਾਂਗੇ, ਜਿਹਦੇ ਵਿੱਚ ਦੋ ਸਵਾਦ ਆਉਣਗੇ। ਇੱਕ ਆਉਣਗੇ ਪਰੌਂਠਿਆਂ ਦੇ ਸਵਾਦ ਤੇ ਦੂਜਾ ਆਏਗਾ ਗੋਭੀ ਵਾਲੇ ਪਕੌੜਿਆਂ ਦਾ ਸਵਾਦ। ਤੇ ਇਹਨੂੰ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਕੀ ਮਸਾਲੇ ਪਾਵਾਂਗੇ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਦੇ ਜਾਵਾਂਗੇ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਬਣਾਉਣਾ। ਗੋਭੀ ਦੇ ਪਰੌਂਠੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਵੇਖਣੀ ਹੈ ਜੀ ਗੋਭੀ। ਗੋਭੀ ਸਾਨੂੰ ਬਿਲਕੁਲ ਤਾਜ਼ੀ ਲੈਣੀ ਆ ਤੇ ਜ਼ਿਆਦਾ ਦਿਨ ਦੀ ਬਈ ਗੋਭੀ ਨਾ ਹੋਵੇ। ਤਾਜ਼ੀ ਗੋਭੀ ਜਿਹੜੀ ਹੁੰਦੀ ਆ ਉਹਦੇ ਪਰੌਂਠੇ ਆ ਜਿਹੜੇ ਬਹੁਤ ਸਵਾਦ ਬਣਦੇ ਨੇ। ਤੇ ਇਹਨਾਂ ਦੇ ਡੰਡਲਾਂ ਨੂੰ ਆਪਾਂ ਚੰਗੀ ਤਰ੍ਹਾਂ ਲਾ ਲੈਂਦੇ ਹਾਂ ਤੇ ਫਿਰ ਕਰਦੇ ਹਾਂ ਜੀ ਆਪਾਂ ਧੋ ਕੇ ਗੋਭੀ ਨੂੰ ਕੱਦੂਕਸ। ਗੋਭੀ ਦੇ ਟੰਡਲ ਦੀ ਆਪਾਂ ਕਟਿੰਗ ਕਰ ਦਿੱਤੀ ਹੈ ਤੇ ਹੁਣ ਆਪਾਂ ਇਸ ਫੁੱਲ ਨੂੰ ਚੰਗੀ ਤਰੀਕੇ ਨਾਲ ਵਾਸ਼ ਕਰ ਲਾਂਗੇ, ਧੋ ਲਾਂਗੇ ਤੇ ਜਿੰਨੀ ਕੁ ਗੋਭੀ ਸਾਨੂੰ ਚਾਹੀਦੀ ਹੈ ਉਨੀ ਕੁ ਆਪਾਂ ਗੋਭੀ ਨੂੰ ਕੱਦੂਕਸ ਕਰ ਲਾਂਗੇ। ਗੋਭੀ ਨੂੰ ਆਪਾਂ ਧੋ ਲਿਆ ਚੰਗੀ ਤਰੀਕੇ ਨਾਲ ਤੇ ਹੁਣ ਇਹਨੂੰ ਮੋਟੇ ਪਾਸਿਓਂ ਆਪਾਂ ਕੱਦੂਕਸ ਕਰਾਂਗੇ। ਨੋਰਮਲ ਜਿਹੜੀ ਸਾਈਡ ਹੈ ਇਸ ਤੋਂ ਨਹੀਂ ਆਪਾਂ ਕਰਨਾ ਤੇ ਜਿੰਨੀ ਕੁ ਗੋਭੀ ਸਾਨੂੰ ਚਾਹੀਦੀ ਹੈ ਉਨੀ ਕੁ ਆਪਾਂ ਕੱਦੂਕਸ ਕਰ ਲਾਂਗੇ। ਤੁਸੀਂ ਚਾਹੋ ਤੇ ਇੱਥੇ ਕਰਜ਼ੇ ਦੇ ਨਾਲ ਵੀ ਮੋਟੀ ਮੋਟੀ ਜਿਹੜੀ ਹੁੰਦੀ ਆ ਮੈਸ਼ ਕਰ ਸਕਦੇ ਹੋ, ਕੱਟ ਸਕਦੇ ਹੋ। ਤੇ ਆਪਾਂ ਲਵਾਂਗੇ ਜੀ ਅਗਲੀ ਅਗਲੀ ਜਿਹੜੇ ਨਰਮ ਨਰਮ ਫੁੱਲ ਫੁੱਲ ਆ ਇਹ ਆਪਾਂ ਕਰਾਂਗੇ ਕੱਦੂਕਸ। ਇਸੇ ਤਰ੍ਹਾਂ ਗੋਭੀ ਨੂੰ ਕੱਦੂਕਸ ਮੈਂ ਸਾਰੀ ਨੂੰ ਕਰਕੇ ਤਿਆਰ ਕਰ ਲੈਂਦੀ ਹਾਂ। ਗੋਭੀ ਨੂੰ ਕਰ ਲਿਆ ਆਪਾਂ ਕੱਦੂਕਸ। ਗੋਭੀ ਨੂੰ ਕੱਦੂਕਸ ਕਰ ਲਿਆ ਤੇ ਹੁਣ ਇਹਦੇ ਪਾਲੇ ਵਿੱਚ ਪਾ ਦਾਂਗੇ ਅੱਧਾ ਚਮਚ ਆਪਾਂ ਲੂਣ ਦਾ ਤੇ ਇਹਨੂੰ ਕਰ ਦਾਂਗੇ ਮਿਕਸ। ਮਿਕਸ ਕਰਨ ਤੋਂ ਬਾਅਦ ਆਪਾਂ 5 ਮਿੰਟ ਗੋਭੀ ਨੂੰ ਇਸੇ ਤਰ੍ਹਾਂ ਰੱਖ ਦਾਂਗੇ ਕਿਉਂਕਿ ਲੂਣ ਪਾਉਣ ਦੇ ਨਾਲ ਗੋਭੀ ਨੇ ਪਾਣੀ ਜਿਹੜਾ ਪੂਰੀ ਤਰ੍ਹਾਂ ਛੱਡ ਦੇਣਾ। ਇੱਥੇ ਆਟੇ ਦੀਆਂ ਲਈਆਂ ਨੇ ਮੈਂ 2 ਕੌਲੀਆਂ ਤੇ ਆਪਾਂ ਇੱਥੇ ਅੱਧੀ ਕੌਲੀ ਆਪਾਂ ਬੇਸਣ ਦੀ ਪਾਉਣੀ। ਬੇਸਣ ਆਪਾਂ ਜ਼ਿਆਦਾ ਨਹੀਂ ਪਾਉਣਾ, ਥੋੜ੍ਹਾ ਹੀ ਪਾਉਣਾ। 2 ਕੌਲੀਆਂ ਆਟੇ ਦੀਆਂ ਵਿੱਚ ਅੱਧੀ ਕੌਲੀ ਬੇਸਣ ਦੀ ਜਾਊਗੀ। ਤੇ ਹੁਣ ਇਹਨੂੰ ਕਰ ਲੈਂਦੇ ਹਾਂ ਮਿਕਸ ਆਟੇ ਦੇ ਵਿੱਚ ਬੇਸਣ ਨੂੰ ਸਾਰੇ ਨੂੰ। ਮੈਂ ਕੋਈ ਵੀ ਪਰੌਂਠੀ ਬਣਾਵਾਂ ਮੈਂ ਹਰ ਪਰੌਂਠੀ ਦੇ ਵਿੱਚ ਆਟੇ ਦੇ ਵਿੱਚ ਮੈਂ ਬੇਸਣ ਪਾਉਣਾ ਹੁੰਦਾ ਜ਼ਰੂਰ, ਕਿਉਂਕਿ ਇਹਦੇ ਨਾਲ ਬੇਸਣ ਦੇ ਪਾਉਣ ਦੇ ਨਾਲ ਪਰੌਂਠੀ ਦਾ ਜਿਹੜਾ ਸਵਾਦ ਆ ਬਹੁਤ ਜ਼ਿਆਦਾ ਵੱਧ ਜਾਂਦਾ ਅਤੇ ਪਰੌਂਠੀ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੀ ਆ। ਅਤੇ ਆਟੇ ਨੂੰ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਨਰਮ ਗੁੰਨ ਕੇ ਤਿਆਰ ਕਰਾਂਗੇ, ਜ਼ਿਆਦਾ ਸਖਤ ਆਟਾ ਨਹੀਂ ਆਪਾਂ ਗੁੰਨਣਾ ਕਿਉਂਕਿ ਪਰੌਂਠਿਆਂ ਵਾਸਤੇ ਆਟਾ ਜਿਹੜਾ ਥੋੜ੍ਹਾ ਜਿਹਾ ਢਿੱਲਾ ਹੀ ਗੁੰਨਿਆ ਜਾਂਦਾ। ਆਟਾ ਜਿਹੜਾ ਆਪਾਂ ਗੁੰਨ ਕੇ ਹੁਣ ਕਰ ਲਿਆ ਜੀ ਤਿਆਰ ਤੇ ਥੋੜ੍ਹੀ ਚਿਰ ਨੂੰ ਦੇਵਾਂਗੇ ਮੁੱਕੀ। ਲਓ ਜੀ ਆਪਾਂ ਆਟਾ ਗੁੰਨ ਕੇ ਕਰ ਲਿਆ ਜੀ ਤਿਆਰ ਤੇ ਹੁਣ ਇਹਨੂੰ ਆਪਾਂ 5 ਮਿੰਟ ਦੇਵਾਂਗੇ ਰੈਸਟ ਤੇ ਫਿਰ ਬਣਾਉਂਦੇ ਹਾਂ ਜੀ ਪਰੌਂਠੇ। ਤੇ ਇੱਧਰ ਗੋਭੀ ਨੂੰ ਵੀ ਆਪਣੇ 5 ਮਿੰਟ ਹੋ ਗਈ ਹੈ ਰੱਖੇ ਨੂੰ ਤੇ ਤੁਸੀਂ ਦੇਖ ਸਕਦੇ ਕਿ ਗੋਭੀ ਨੇ ਪਾਣੀ ਤੇ ਕਿੰਨਾ ਛੱਡਿਆ ਤੇ ਹੁਣ ਆਪਾਂ ਇਸੇ ਤਰ੍ਹਾਂ ਗੋਭੀ ਨੂੰ ਸਾਰੀ ਨੂੰ ਨਿਚੋੜ ਲੈਂਦੇ ਹਾਂ।
ਗੋਭੀ ਨੂੰ ਆਪਾਂ ਨਿਚੋੜ ਲਿਆ ਚੰਗੀ ਤਰੀਕੇ ਨਾਲ, ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜਿਹੇ ਮਸਾਲੇ, ਤੇ ਜਿਨ੍ਹਾਂ ਵਿੱਚ ਲਿਆ ਆਪਾਂ ਸਭ ਤੋਂ ਪਹਿਲਾਂ ਲਿਆ ਕੱਟਿਆ ਹੋਇਆ ਪਿਆਜ਼। ਪਿਆਜ਼ ਆਪਾਂ ਬਹੁਤਾ ਮੋਟਾ ਮੋਟਾ ਨਹੀਂ ਕੱਟਣਾ, ਤੇ ਨਾਲ ਹੀ ਆਪਾਂ ਲਈਆਂ ਇੱਥੇ 4-5 ਹਰੀਆਂ ਮਿਰਚਾਂ। ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ, ਵੱਧ ਘੱਟ ਜਿੰਨੀ ਤੁਸੀਂ ਪਸੰਦ ਕਰਦੇ ਹੋ। ਤੇ ਨਾਲ ਹੀ ਇੱਥੇ ਕੱਦੂਕਸ਼ ਕੀਤਾ ਹੋਇਆ ਇਹ 2-2.5 ਇੰਚ ਦਾ ਟੁਕੜਾ ਅਦਰਕ ਦਾ। ਤੇ ਨਾਲ ਹੀ ਆਪਾਂ ਇੱਥੇ ਪਾਵਾਂਗੇ ਜੀ ਕਸੂਰੀ ਮੇਥੀ ਸੁੱਕੀ, ਇਹਦੇ ਨਾਲ ਜਿਹੜਾ ਸਵਾਦ ਆ ਪਰੌਂਠੇ ਦਾ ਬਹੁਤ ਵਧੀਆ ਹੋ ਜਾਂਦਾ। ਤੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਹਰਾ ਤਾਜ਼ਾ ਕੱਟਿਆ ਹੋਇਆ ਧਨੀਆ। ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਲਾਲ ਮਿਰਚ, ਤੇ ਅੱਧਾ ਚਮਚ ਪਾਵਾਂਗੇ ਅਜਵਾਇਣ ਦਾ, ਤੇ ਸਵਾਦ ਅਨੁਸਾਰ ਪਾਵਾਂਗੇ ਲੂਣ। ਲੂਣ ਆਪਾਂ ਪਹਿਲਾਂ ਵੀ ਅੱਧਾ ਚਮਚ ਗੋਭੀ ਵਿੱਚ ਪਾਇਆ ਸੀ, ਇਸ ਕਰਕੇ ਥੋੜਾ ਪਾਵਾਂਗੇ। ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਇੱਥੇ ਅਮਚੂਰ ਪਾਊਡਰ, ਇਹਦੇ ਨਾਲ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ। ਤੇ ਹੁਣ ਇਹਨੂੰ ਸਾਰੇ ਮਸਾਲੇ ਨੂੰ ਕਰ ਲੈਂਦੇ ਜੀ ਮਿਕਸ। ਆਟੇ ਨੂੰ ਵੀ 5 ਮਿੰਟ ਹੋ ਗਏ ਨੇ ਆਪਾਂ ਨੂੰ ਮੁੱਕੀ ਲਾਏ ਹੋਏ, ਤੇ ਹੁਣ ਆਪਾਂ ਇੱਥੇ ਲਾਵਾਂਗੇ ਜੀ ਥੋੜਾ ਜਿਹਾ ਹੱਥ ਨੂੰ ਤੇਲ ਰਿਫਾਇੰਡ ਲਾਵਾਂਗੇ, ਤੇ ਆਟੇ ਦੇ ਨਾਲ ਲਾ ਕੇ ਇੱਥੇ, ਤੇ ਆਟੇ ਨੂੰ ਥੋੜੀ ਜਿਹੀ ਲਾ ਲਾਂਗੇ ਮੁੱਕੀ। ਤੁਸੀਂ ਚਾਹੋ ਤੇ ਦੇਸੀ ਘਿਓ ਵੀ ਲਾ ਸਕਦੇ ਹੋ, ਬਹੁਤ ਵਧੀਆ ਆਟਾ ਆਪਣਾ ਹੁਣ 10 ਮਿੰਟਾਂ ਦੇ ਵਿੱਚ 5 ਮਿੰਟਾਂ ਦੇ ਵਿੱਚ ਗੁੰਨ ਕੇ ਮੁੱਕੀ ਲੱਗਣ ਤੋਂ ਬਾਅਦ ਤਿਆਰ ਹੋ ਗਿਆ। ਤੇ ਹੁਣ ਆਪਾਂ ਆਟੇ ਨੂੰ ਕਰ ਲੈਂਦੇ ਜੀ ਇਕੱਠਾ। ਹੁਣ ਪੇੜੇ ਕਰਕੇ 4-5 ਪੇੜੇ ਆਪਾਂ ਕਰ ਲਾਂਗੇ ਜੀ ਇਕੱਠੇ। ਪੇੜੇ ਆਪਾਂ ਕਰ ਲਏ ਨੇ, ਤੇ ਹੁਣ ਆਪਾਂ ਬਣਾਉਂਦੇ ਹਾਂ ਜੀ ਪਰੌਂਠੇ ਕਰਨ ਦੀ ਬਣਾਉਣ ਦੀ ਤਿਆਰੀ ਸ਼ੁਰੂ। ਹੁਣ ਕਰਦੇ ਹਾਂ ਜੀ ਪਰੌਂਠੇ ਬਣਾਉਣ ਦੀ ਤਿਆਰੀ ਸ਼ੁਰੂ, ਤੇ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਪੇੜਾ, ਤੇ ਪੇੜੇ ਨੂੰ ਚੁੰਡ ਕੇ ਤੇ ਇਹਦੀ ਇੱਕ ਰੋਟੀ ਵੇਲ ਕੇ ਹੁਣ ਕਰ ਲੈਂਦੇ ਹਾਂ ਤਿਆਰ। ਤੇ ਹੁਣ ਲਵਾਂਗੇ ਗੋਭੀ ਜਿਹੜੀ ਆਪਾਂ ਤਿਆਰ ਕਰਕੇ ਰੱਖੀ, ਚਮਚ ਦੇ ਨਾਲ ਇਹਨੂੰ ਖਿਲਾਰ ਲਾਂਗੇ ਪੇੜੇ ਦੇ ਰੋਟੀ ਦੇ ਉੱਤੇ। ਤੇ ਥੋੜਾ ਜਿਹਾ ਪਾਵਾਂਗੇ ਅੱਧੇ ਚਮਚੇ ਤੋਂ ਘੱਟ ਆਪਾਂ ਰਿਫਾਇੰਡ। ਇਹਨੂੰ ਕਰ ਦਾਂਗੇ ਇਧਰੋਂ ਫੋਲਡ, ਤੇ ਇਸੇ ਤਰ੍ਹਾਂ ਆਪਾਂ ਇਧਰੋਂ ਇੱਕ ਦੂਸਰੀ ਸਾਈਡ ਵੀ ਇਹਨੂੰ ਫੋਲਡ ਕਰਕੇ ਇਹਨੂੰ ਇੱਥੋਂ ਦਾਬ ਦੇ ਦਾਂਗੇ।
ਥੋੜ੍ਹਾ ਜਿਹਾ ਹੁਣ ਸੁੱਕਾ ਆਟਾ ਲਾ ਕੇ ਪਰੌਂਠੇ ਨੂੰ ਵੇਲਣਾ ਸ਼ੁਰੂ ਕਰਦੇ ਹਾਂ। ਤੇ ਪਰੌਂਠੇ ਨੂੰ ਹੁਣ ਸੇਕ ਲਾਂਗੇ ਬਿਲਕੁਲ ਘੱਟ ਸੇਕ ਦੇ ਉੱਤੇ ਆਪਾਂ ਪਰੌਂਠੀ ਆ ਜਿਹੜੀ ਗੋਭੀ ਵਾਲੀ ਇਹਨੂੰ ਸੇਕਣਾ, ਸੇਕ ਕੇ ਕਰਨਾ ਤਿਆਰ। ਤੇ ਹੁਣ ਆਪਾਂ ਵੇਲ ਲੈਂਦੇ ਹਾਂ ਦੂਜੀ ਪਰੌਂਠੀ ਨੂੰ। ਰੋਟੀ ਨੂੰ ਲਾ ਲੈਂਦੇ ਹਾਂ ਜੀ ਰਿਫਾਇੰਡ, ਤੁਸੀਂ ਘਿਓ ਰਿਫਾਇੰਡ ਕੁਛ ਵੀ ਲਾ ਸਕਦੇ ਹੋ। ਇਸੇ ਤਰ੍ਹਾਂ ਹੀ ਆਪਾਂ ਸਾਈਡ ਨੂੰ ਕਰਕੇ ਚੇਂਜ ਤੇ ਪਰੌਂਠੀ ਨੂੰ ਸੇਕ ਲੈਂਦੇ ਹਾਂ। ਲਓ ਜੀ ਪਰੌਂਠੀ ਆਪਣੀ ਸੇਕ ਕੇ ਬਿਲਕੁਲ ਤਿਆਰ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਰੌਂਠਾ ਆਪਣਾ ਸੇਕ, ਗੋਭੀ ਵਾਲਾ ਪਰੌਂਠਾ ਆਪਣਾ ਸੇਕ ਕੇ ਬਿਲਕੁਲ ਤਿਆਰ ਹੋ ਗਿਆ। ਤੇ ਹੁਣ ਆਪਾਂ ਇਹਨੂੰ ਉਤਾਰ ਲੈਂਦੇ ਹਾਂ। ਪਰੌਂਠੇ ਨੂੰ ਲਾ ਲੈਂਦੇ ਘਿਓ। ਇਸ ਸਾਈਡ ਨੂੰ ਕਰ ਦਿੰਦੇ ਹਾਂ ਚੇਂਜ। ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਆ ਜਿਹੜੇ ਬਣਾ ਕੇ ਕਰ ਲੈਂਦੇ ਜੀ ਤਿਆਰ। ਲਓ ਜੀ ਅੱਜ ਦੇ ਆਪਣੇ ਗੋਭੀ ਵਾਲੇ ਪਰੌਂਠੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ। ਬਹੁਤ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੋਏ ਨੇ, ਬਿਲਕੁਲ ਕ੍ਰਿਸਪੀ ਤੇ ਕਰਾਰੇ ਪਰੌਂਠੇ ਬਣੇ ਨੇ। ਤੁਸੀਂ ਦੇਖ ਸਕਦੇ ਹੋ ਕਿ ਗੋਭੀ ਜਿਹੜੀ ਆਪਣੇ ਪਰੌਂਠੇ ਦੇ ਅੰਦਰ ਤੱਕ ਪੂਰੀ ਵਿੱਚ ਭਰ ਗਈ ਆ, ਕੋਈ ਨੁੱਕਰ ਨਹੀਂ, ਕੋਈ ਕੋਨਾ ਨਹੀਂ ਖਾਲੀ ਰੱਖੇ ਰਿਹਾ ਗੋਭੀ ਵਾਲੇ ਪਰੌਂਠੇ ਦਾ। ਤੇ ਇਸ ਮੇਰੇ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਗੋਭੀ ਵਾਲੇ ਪਰੌਂਠੇ। ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਪਰੌਂਠੇ ਆਪਣੇ ਬਲ ਕੇ ਬਿਲਕੁਲ ਬਹੁਤ ਵਧੀਆ ਤਿਆਰ ਹੋਏ ਨੇ। ਤੇ ਤੁਸੀਂ ਇਹਨੂੰ ਦਹੀਂ ਨਾਲ ਖਾਓ, ਚਾਹੇ ਖਾਓ ਚਾਹ ਦੇ ਨਾਲ, ਬਹੁਤ ਹੀ ਸਵਾਦ ਲੱਗਦੇ ਨੇ।